ਉਸੇ ਬਾਅਦ ਠੀਕ ਹੈ ਜੋ ਮੈਂ 5 ਤੋਂ 10 ਸਾਲ ਪਹਿਲਾਂ ਤੋਂ ਪੋਸਟ ਖਾਂਦਾ ਸੀ ਵਿੱਚੇ ਚਿੱਟਾ ਵੀ ਲਾਉਂਦਾ ਸੀ ਉਹਦੇ ਕਰਕੇ ਮੈਂ ਮੇਰਾ ਸਰੀਰ ਦਾ ਵੀ ਨੁਕਸਾਨ ਹੋਇਆ ਅਤੇ ਪਰਿਵਾਰ ਦਾ ਵੀ ਨੁਕਸਾਨ ਹੋਇਆ ਫੈਮਿਲੀ ਦਾ ਵੀ ਜੋ ਮੈਂ ਮੌਜੂਦਾ ਸਰਪੰਚ ਹਾਂ ਉਹਦੇ ਕਰਕੇ ਪਿੰਡ 'ਚ ਵੀ ਮੇਰੇ ਕੋਈ ਰਿਲੇਸ਼ਨ ਖਰਾਬ ਹੋ ਗਏ ਸੀ ਇੱਥੇ ਉਸ ਤੋਂ ਬਾਅਦ ਮੇਰੇ ਭਰਾਵਾਂ ਨੇ ਮੇਰੇ ਮਾਂ ਪਿਓ ਨੇ ਕਿਹਾ ਕਿ ਇੱਥੇ ਐਡਮਿਟ ਕੀਤਾ ਨਵੀਂ ਸੰਸਥਾ ਵਿੱਚ ਨਵੀਂ ਐਡੀ ਸੋਹਣੀ ਸੰਸਥਾ ਵਿੱਚ ਨਵੀਂ ਜ਼ਿੰਦਗੀ ਠੀਕ ਹੈ ਇਹਨਾਂ ਦੇ ਬਦੌਲਤ ਸਰਾਂ ਦੀ ਜਿਨ੍ਹਾਂ ਨੇ ਮੈਨੂੰ ਸੂਦ ਕੀਤਾ ਨਸ਼ੇ ਤੋਂ ਦੂਰ ਕੀਤਾ ਮੇਰੇ ਸਰੀਰ 'ਚ ਜਦੋਂ ਆਇਆ ਸੀ ਮੈਥੋਂ ਖੜਿਆ ਵੀ ਨਹੀਂ ਜਾਂਦਾ ਸੀ ਨਾ ਹੀ ਚੰਗੀ ਤਰ੍ਹਾਂ ਚੌਂਕੜੀ ਮਾਰ ਕੇ ਬੈਠਿਆ ਜਾਂਦਾ ਸੀ ਅੱਜ ਮੈਂ ਵਧੀਆ ਬੈਠਦਾ ਚੰਗਾ ਵਧੀਆ ਖਾਣਾ ਮਿਲਦਾ ਇੱਥੇ ਸਾਰਾ ਕੁਛ ਇੱਕ ਇਹ ਚੀਜ਼ ਵੇਖੀ ਆ ਵਾਕਿਆ ਅੰਦਰ ਰੱਬ ਵਾਸਤਾ ਜਿਹਨੇ ਮੈਂ ਜੋ ਚੀਜ਼ ਨੂੰ ਮੰਨਦਾ ਨਹੀਂ ਸੀ ਉਹ ਚੀਜ਼ ਨੂੰ ਮੰਨ ਕੇ ਵੇਖਿਆ ਪਰਮਾਤਮਾ ਨੇ ਮੇਰੇ ਵਾਸਤੇ ਬਹੁਤ ਵਧੀਆ ਕੀਤਾ ਮੇਰਾ ਸਰੀਰ ਬੜਾ ਵਧੀਆ ਚੱਲਣ ਆਇਆ ਮੈਂ ਫਾਸਟ ਚੱਲਣ ਲੱਗ ਗਿਆ ਅੰਦਰੋਂ ਮੈਂ ਸਾਰੇ ਪਾਸੇ ਧੰਨਵਾਦ ਇੰਨੀ ਗੱਲ ਵੀ ਨਹੀਂ ਕਰਦਾ ਮੈਂ ਉਹਦੇ ਨਾਲ ਜ਼ਿਆਦਾ